ਇਸ ਵੇਲੇ ਸੰਡੇ ਦੇ ਤੇਲ ਚਾਈਨੀਜ਼ ਤੇਲ ਚੱਲ ਰਹੇ ਨੇ ਉਹ ਮਤਲਬ ਬਹੁਤ ਤਰ੍ਹਾਂ ਤਰ੍ਹਾਂ ਦੇ ਮਿੰਟ ਤੇ ਸੰਗ ਲੱਗਦੀ ਉਹ ਕੈਮਰੇ ਮੂਰੇ ਉਹ ਸ਼ਬਦਾਂ ਦਾ ਇਸਤੇਮਾਲ ਕਰਦੇ ਸੰਡੇ ਦਾ ਤੇਲ ਕੁਝ ਕਰ ਸਕਦਾ ਸੰਡੇ ਦੇ ਤੇਲ ਦੀ ਅਸਲੀਅਤ ਕੀ ਹੈ ਚਲੋ ਤੁਸੀਂ ਅੱਜ ਇਹ ਦੱਸੋ ਤੁਸੀਂ ਸੰਡਾ ਇੱਕ ਤਰ੍ਹਾਂ ਦਾ ਜਾਨਵਰ ਹੈ ਰੇਗਿਸਤਾਨ ਦੇ ਵਿੱਚ ਰਹਿੰਦਾ ਹੈ ਉਹਦੀ ਪੂੰਛ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਜਿਹੜਾ ਸੰਡੇ ਦਾ ਤੇਲ ਹੈ ਉਹ ਅਸਲ ਦੇ ਵਿੱਚ ਇੱਕ ਮਾਹੀ ਹੋ ਗਿਆ ਜੁੰਦ ਬਦਾਸਤਰ ਹੋ ਗਿਆ ਉਹ ਜਾਨਵਰ ਹੈ ਉਹ ਜਾਨਵਰ ਦੇ ਇੱਕ ਪਤਾਲੂ ਨੇ ਇਹ ਕੋ ਬਹੁਤ ਠੰਡੇ ਇਲਾਕੇ ਚ ਰਹਿੰਦਾ ਬਰਫ਼ ਦੇ ਵਿੱਚ ਦਰਿਆ ਦੇ ਵਿੱਚ ਰਹਿੰਦਾ ਜਿੱਥੇ ਝਰਨੇ गिरਦੇ ਨੇ ਉਹ ਜਿਹੜਾ ਜੁੰਦਬਦਸਤਰ ਹੈ ਉਹਦੇ ਪਤਾਲੂ ਉੱਥੋਂ ਉਹ ਜਾਨਵਰ ਦੇ ਕੱਢੇ ਜਾਂਦੇ ਨੇ। ਨਾ ਨੌਜਵਾਨ ਮੁੰਡਿਆਂ ਦੇ ਉਹਨਾਂ ਵਿਆਹੇ ਵਰੇ ਬੰਦਿਆਂ ਦੇ ਜਿਹੜੇ ਦੁੱਖ ਨੇ ਅੱਜ ਦੂਰ ਹੋਣਗੇ ਜੋ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਪਰ ਕਮਜ਼ੋਰੀ ਉਹਨਾਂ ਦੇ ਸਰੀਰ ਦੇ ਵਿੱਚੋਂ ਅਜੇ ਤੱਕ ਨਹੀਂ ਗਈ। ਘਰ ਦੇ ਵਿੱਚ ਆਪਣੇ ਭਿੰਡੀ ਬਣਦੀ ਆ ਜਿਹਨੂੰ ਲੇਡੀ ਫਿੰਗਰ ਵੀ ਕਹ ਦਿੰਨੇ ਆਪਾਂ ਤੁਸੀਂ ਦੇਖੋ ਜਦੋਂ ਆਪਾਂ ਸਬਜੀ ਉਹਦੀ ਕੱਟਦੇ ਆ ਉਹ ਕਿੰਨੀ ਲੇਸਦਾਰ ਇੱਕ ਤਰ੍ਹਾਂ ਦਾ ਗੂਂਦ ਨਿਕਲਦਾ ਉਹਦੀਆਂ ਜੜਾਂ ਦਾ ਪਾਊਡਰ ਕਰਨਾ ਉਹਦੀਆਂ ਜੜਾਂ ਦਾ ਪਾਊਡਰ ਹੈ ਜੀ ਤੁਸੀਂ ਆਮ ਆਪਣੇ ਕਿਸਾਨਾਂ ਨੇ ਘਰੇ ਭਿੰਡੀਆਂ ਵਿਜੀਆਂ ਹੁੰਦੀਆਂ ਐ ਭਿੰਡੀਆਂਆਂ ਦੀਆਂ ਤੁਸੀਂ ਜੜਾਂ ਇਕੱਠੀਆਂ ਕਰ ਲੈਣੀਆਂ ਜੜਾਂ ਦਾ ਤੁਸੀਂ ਪਾਊਡਰ ਬਣਾ ਕੇ ਅੱਧਾ ਚਮਚ ਸਵੇਰੇ ਪਾਣੀ ਨਾਲ ਸੇਵਨ ਖਾਣਾ ਖਾਣ ਤੋਂ ਪਹਿਲਾਂ ਅੱਧਾ ਸ਼ਾਮ ਨੂੰ ਸੇਵਨ ਕਰਨਾ ਔਰ ਤੁਸੀਂ ਲਗਭਗ 20 ਤੋਂ 25 ਦਿਨ ਦੇ ਵਿੱਚ ਦੇਖਿਓ ਤੁਹਾਨੂੰ ਅਸਰ ਵਾਕਈ ਮਹਿਸੂਸ ਹੋਣ ਲੱਗ ਜਾਊਗਾ ਵੀ ਵੀਰ ਜਿਹੜਾ ਗਾੜਾ ਹੋਣ ਲੱਗ ਗਿਆ ਆਪਾਂ ਰੇਹਾ ਦੱਸਤੀ ਦੇਖੋ ਕਿੰਨੇ ਬਰੀਕ ਜਿਹੜੇ ਦਾਣੇ ਆ ਜਦੋਂ ਤੁਸੀਂ ਇਹਨੂੰ ਕੁੱਟੋਂਗੇ ਦਾ ਚੂਰਨ ਕਰੋਗੇ ਉਸ ਟਾਈਮ ਵੀ ਇਹ ਬਹੁਤ ਜ਼ਿਆਦਾ ਗਾੜੇ ਬਣ ਤੇ ਲੇਸਦਾਰ ਬਣ ਜਾਂਦਾ ਹੈ ਦੰਨੀਆਂ ਚੀਜ਼ਾਂ ਕਦੇ ਕੋਈ ਚੀਜ਼ਾਂ ਨਹੀਂ ਬਣੀਆਂ ਜਿਹੜੀਆਂ ਤੁਹਾਨੂੰ ਪਹਿਲੇ ਦਿਨ ਤੋਂ ਕੋਈ ਇਹੋ ਜੀ ਚੀਜ਼ ਜਿਹੜੀ ਤੁਹਾਡੀ ਟਾਈਮਿੰਗ ਲਈ ਜਾਂ ਤੁਹਾਡੀ ਧਾਤ ਲਈ ਜਾਂ ਤੁਹਾਡੇ ਸੁਪਨ ਦੋਸ਼ ਲਈ ਜਾਂ ਤੁਹਾਡੀ ਮਰਦਾਨਾ ਤਾਕਤ ਲਈ ਤੁਹਾਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਅਸਰ ਦਿਖਾ ਦੇਵੇ ਐਦਾਂ ਦੀ ਕੋਈ ਚੀਜ਼ ਆਯੁਰਵੇਦਾ ਦੇ ਵਿੱਚ ਬਣੀ ਹੀ ਨਹੀਂ। ਸ਼ੀਗਰ ਪਤਨ ਦਾ ਹੈਗਾ ਜਾਂ ਧਾਤ ਦਾ ਹੈਗਾ ਜਾਂ ਸੁਪਨ ਦੋਸ਼ ਦਾ ਮਸਲਾ ਉਹ ਸਾਰਾ ਤੁਹਾਡੇ ਅੰਦਰ ਗਰਮੀ ਜਿਹਨੂੰ ਕਹਿੰਦੇ ਨੇ ਪਿਤ ਵਧਣ ਦੇ ਕਰਕੇ ਹੁੰਦਾ ਹੈ। ਇਹ ਦਿਲ ਮੰਗੇ ਮੋਰ 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 ਜੀ ਇੱਕ ਕੁਦਰਤ ਨੇ ਵੀ ਤਾਂ ਨਿਯਮ ਸੈੱਟ ਕੀਤਾ ਹੋਇਆ ਹੈ ਉਹ ਕੁਦਰਤੀ ਜਿਹੜਾ ਨਿਯਮ ਹੈਗਾ ਕੁਦਰਤੀ ਜਿਹੜੀ ਪ੍ਰਣਾਲੀ ਹੈਗੀ ਹੈ ਤੁਸੀਂ ਅੱਜ ਸਾਡੇ ਦਰਸ਼ਕਾਂ ਤੱਕ ਇਹ ਵੀ ਬਹਿਮ ਕੱਢੋ ਕਿ ਟਾਈਮ ਕੀ ਹੁੰਦਾ ਹੈ ਕਿੰਨਾ ਜਿਹੜਾ ਕੁਦਰਤੀ ਤੌਰ ਤੇ ਹੋਵੇ ਤੇ ਉਹ ਸਫਿਸ਼ੀਐਂਟ ਹੁੰਦਾ ਹੈ ਤੁਸੀਂ ਪਿਤ ਵਰਦਕ ਹੁਣ ਕਈ ਕਹਿ ਦਿੰਨੇ ਆ ਜੀ ਸ਼ਾਲਮ ਪੰਜਾ ਖਾ ਲੋ ਸ਼ਾਲਮ ਮਿਸ਼ਰੀ ਖਾ ਲੋ ਅਕਰ ਕਰਾ ਖਾ ਲੋ ਉਹ ਤਾਂ ਯਾਰ ਬੰਦੇ ਦੇ ਅੰਦਰ ਪਹਿਲਾਂ ਹੀ ਹੋਰ ਅੱਗ ਲਾ ਦੇਣਗੇ ਪਿਤ ਹੋਰ ਜ਼ਿਆਦਾ ਵਧਾ ਦੇਣਗੇ ਜਿਹੜੇ ਮੁੰਡੇ ਕੁੜੀਆਂ ਇਸ ਵੇਲੇ ਗਰਸਤੀ ਤੋਂ ਪਹਿਲਾਂ ਆਪਣੀ ਪਾਵਰ ਵਧਾਉਣ ਵਾਸਤੇ ਸਟੈਮਨਾ ਵਧਾਉਣ ਵਾਸਤੇ ਪਾਵਰ ਕੈਪਸੂਲ ਪਾਵਰ ਗੋਲੀਆਂ ਤੇ ਤਰ੍ਹਾਂ ਤਰ੍ਹਾਂ ਦੇ ਤੇਲ ਤਰ੍ਹਾਂ ਤਰ੍ਹਾਂ ਦੀਆਂ ਮਾਲਿਸ਼ਾਂ ਜਿਹੜੇ ਕਰਦੇ ਨੇ ਉਹ ਕਿੰਨੇ ਖਤਰਨਾਕ ਨੇ ਜਾਂ ਉਹ ਠੀਕ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਉੱਚਾ ਪਿੰਡ ਸੰਘੋਲ ਜਿੱਥੇ ਗੋਰਿਆਂ ਦੇ ਵੈਦ ਅੱਜ ਤੁਹਾਡੇ ਦੁੱਖ ਨੇ ਜਿਹੜੇ ਉਹ ਦੂਰ ਕਰਨ ਵਾਲੇ ਨੇ ਉਹਨਾਂ ਨੌਜਵਾਨ ਮੁੰਡਿਆਂ ਦੇ ਉਹਨਾਂ ਵਿਆਹੇ ਵਰੇ ਬੰਦਿਆਂ ਦੇ ਜਿਹੜੇ ਦੁੱਖ ਨੇ ਅੱਜ ਦੂਰ ਹੋਣਗੇ ਜੋ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਪਰ ਕਮਜ਼ੋਰੀ ਉਹਨਾਂ ਦੇ ਸਰੀਰ ਦੇ ਵਿੱਚੋਂ ਅਜੇ ਤੱਕ ਨਹੀਂ ਗਈ ਅਜਿਹੇ ਦੇ ਵਿੱਚ ਕਮਜ਼ੋਰੀ ਬਾਬਤ ਜਿਹੜਾ ਇੱਕ ਵੱਖਰਾ ਕਨਸੈਪਟ ਹੈਗਾ ਇੱਕ ਵੱਖਰੇ ਰਿਸਰਚ ਹੈਗੀ ਹੈ ਤੇ ਇੱਕ ਵੱਖਰਾ ਨੁਸਖਾ ਹੈਗਾ ਜਿਹੜਾ ਯੰਗ ਵੈਦ ਸਾਡੇ ਨਾਲ ਸਾਂਝਾ ਕਰਨ ਲੱਗੇ ਨੇ ਉਹਨਾਂ ਦਾ ਦਾਅਵਾ ਹੈ ਕਿ ਇਸ ਨੁਸਕੇ ਤੋਂ ਬਾਅਦ ਤੁਹਾਨੂੰ ਕਿਸੇ ਵੀ ਅਖੌਤੀ ਵੈਦ ਕੋਲ ਜਾ ਕੇ ਆਪਣੇ ਮਿਹਨਤ ਦੇ ਹਜ਼ਾਰਾਂ ਲੱਖਾਂ ਰੁਪਏ ਜਿਹੜੇ ਉਹ ਬਰਬਾਦ ਨਹੀਂ ਕਰਨੇ ਪੈਣਗੇ ਪਹਿਲਾਂ ਸਵਾਗਤ ਕਰ ਲੰਨੇ ਆ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਉਹਨਾਂ ਦਾ ਹੁੰਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਨੁਸਖੇ ਸਾਡੇ ਨਾਲ ਫਾਰਮੂਲੇ ਜਿਹੜੇ ਉਹ ਸਾਂਝੇ ਕਰਦੇ ਨੇ ਵੈਜੀ ਬਹੁਤ-ਬਹੁਤ ਸਵਾਗਤ ਹੈ ਕਿਕੀ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸასი ਗੱਲ ਜੀ ਸასი ਗੱਲ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਵੈਜੀ ਅ ਇਸ ਵੇਲੇ ਜਿਹੜਾ ਸਾਡੀਆਂ ਖੁਰਾਕਾਂ ਨੇ ਉਹ ਖੁਰਾਕਾ ਤਾਂ ਸਾਡੀਆਂ ਸੀ ਬਦਾਮ ਗਿਰੀਆਂ ਸਰਦੀਆਂ ਸ਼ੁਰੂ ਹੋ ਗਈਆਂ ਮੂੰਗਫਲੀ ਗਰਮ ਚੀਜ਼ਾਂ ਗਰਮ ਤਸੀਰ ਵਾਲੀਆਂ ਚੀਜ਼ਾਂ ਸੀ ਖਾਣੇ ਆ ਪਰ ਕਮਜ਼ੋਰੀ ਹੈਗੀ ਹੈ ਜਿਹੜੀ ਉਹ ਉਵੇਂ ਦੇ ਉਵੇਂ ਹੀ ਹੈ ਗਰਮੀਆਂ ਵਾਲੀ ਹੈ ਜੀ ਦੇਖੋ ਤਸੀਰ ਅਸੀਂ ਗਰਮ ਚੀਜ਼ਾਂ ਤਾਕਤ ਵਾਲੀਆਂ ਬੇਸ਼ੱਕ ਖਾ ਲੰਨੇ ਆ ਗਰਮ ਤਸੀਰ ਵਾਲੀਆਂ ਖਾ ਲੰਨੇ ਆ ਜਿਆਦਾ ਹੈਵੀ ਡੋਸ ਲੈ ਲੰਨੇ ਆ ਪਰ ਕੀ ਅਸੀਂ ਉਹਨੂੰ ਹਾਜ਼ਮ ਵੀ ਕਰਦੇ ਆ ਕੀ ਅਸੀਂ ਉਹਨੂੰ ਪਚਾਉਂਦੇ ਵੀ ਹੈਗੇ ਆ ਚੰਗੀ ਖਰਾਕ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦਾ ਖਾਣਾ ਚਾਹੁੰਦਾ ਪਰ ਕੰਮ ਕਰਨਾ ਕੋਈ ਵੀ ਬੰਦਾ ਨਹੀਂ ਚਾਹੁੰਦਾ ਉਹ ਕਹ ਲੋ ਵੀ ਕਹਿੰਦੇ ਨਹੀਂ ਹੁੰਦੇ ਵੀ ਹਾਂ ਜੀ ਦੁੱਧ ਹਰੇਕ ਬੰਦੇ ਨੂੰ ਸ਼ੁੱਧ ਚਾਹੀਦਾ ਕਿਉਂ ਹਰੇਕ ਬੰਦੇ ਨੂੰ ਸ਼ੁੱਧ ਚਾਹੀਦਾ ਪਰ ਮੱਝ ਰੱਖਣੀ ਕੋਈ ਵੀ ਨਹੀਂ ਚਾਹੁੰਦਾ ਇਹ ਅੱਜ ਦੇ ਸਮੇਂ ਦੀ ਇਹ ਇੱਕ ਸਭ ਤੋਂ ਵੱਡੀ ਜਿਹੜੀ ਘਾਟ ਹੈਗੀ ਆ ਸਭ ਤੋਂ ਵੱਧ ਜਿਹੜੀ ਇਸ ਕਰਕੇ ਹੀ ਨੌਜਵਾਨਾਂ ਨੇ ਆਪਣੇ ਲੀਵਰ ਦੇ ਅੰਦਰ ਜਿਗਰ ਦੇ ਅੰਦਰ ਗਰਮੀ ਪੈਦਾ ਕਰ ਲਈ ਹੈਗੀ ਆ ਜਿਹੜੀ ਗਰਮੀ ਦੇ ਨਾਲ ਹੀ ਜਿਹੜੀਆਂ ਇਹ ਸਮੱਸਿਆਵਾਂ ਅੱਗੇ ਜਾ ਕੇ ਬਹੁਤ ਜ਼ਿਆਦਾ ਗੰਭੀਰ ਰੂਪ ਜਿਹੜੀਆਂ ਧਾਰਨ ਕਰਦੀਆਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਹੈਗੀਆਂ ਬਹੁਤ ਛੋਟੀਆਂ ਪਰ ਵੱਡੀਆਂ ਉਹਨਾਂ ਦਾ ਜਿਹੜਾ ਰੂਪ ਬਹੁਤ ਘਾਤਕ ਸਿੱਧ ਹੋ ਜਾਂਦਾ ਹੈ ਸਾਡੇ ਵਿਅੰਤਾ ਜੀਵਨ ਨੂੰ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਬਰਬਾਦ ਕਰਦਾ ਨੌਜਵਾਨਾਂ ਦੇ ਜੀਵਨ ਨੂੰ ਜਾਂ ਉਹਨਾਂ ਦੇ ਨੌਜਵਾਨਾਂ ਦੇ ਸਰੀਰ ਨੂੰ ਵੀ ਇੱਕ ਤਰ੍ਹਾਂ ਦਾ ਬਰਬਾਦ ਕਰਦਾ ਅੰਦਰੋਂ-ਅੰਦਰੀ ਝੁਰਨ ਲੱਗ ਜਾਂਦੇ ਨੇ ਕਈ ਵਾਰੀ ਕਹਿੰਦੇ ਨੇ ਤੁਸੀਂ ਦੇਖਿਆ ਵੀ ਅੰਦਰੋਂ-ਅੰਦਰੀ ਇੱਕ ਤਰ੍ਹਾਂ ਦਾ ਸਰੀਰ ਨੂੰ ਖੋਖਲਾ ਕਰਕੇ ਰੱਖ ਦਿੰਦੀਆਂ ਐ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਇੱਕ ਛੋਟੇ ਜੀ ਜਗ੍ਹਾ ਤੋਂ ਉੱਠ ਕੇ ਵੱਡਾ ਰੂਪ ਸਮਝ ਜੀ ਅੱਜ ਕੱਲ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦੀ ਨਾ ਤਾਂ ਕੋਈ ਕ੍ਰੈਡੀਬਿਲਟੀ ਹੈ ਨਾ ਕੋਈ ਆਥੈਂਟੀਸਿਟੀ ਹੈ ਉਹ ਕੁਰਸੀ ਡਾਉਂਦੇ ਨੇ ਤੇ ਲੋਕਾਂ ਨੂੰ ਨੁਸਕੇ ਫਾਰਮੂਲੇ ਨੇ ਜਿਹੜੇ ਉਹ ਦੱਸਣੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ ਮੈਨੂੰ ਹਰ ਰੋਜ਼ ਦੋ ਤਿੰਨ ਫੋਨ ਜਿਹੜੇ ਜਵਾਨ-ਜਵਾਨ ਮੁੰਡੇ ਕੁੜੀਆਂ ਦੇ ਆਉਂਦੇ ਨੇ ਕਿ ਜੀ ਅਸੀਂ ਰੀਲ ਦੇਖੀ ਸੀ ਫਲਾਣੇ ਮੁੰਡੇ ਦੀ ਉਹਨੇ ਆਹ ਦੱਸਿਆ ਸੀ ਤੇ ਉਸ ਤੋਂ ਬਾਅਦ ਮੇਰਾ ਕੰਮ ਠੀਕ ਹੋਣ ਦੀ ਥਾਂ ਤੇ ਹੋਰ ਜ਼ਿਆਦਾ ਖਰਾਬ ਹੋ ਗਿਆ ਜੀ ਦੇਖੋ ਫਰੂਕੀ ਸਾਹਿਬ ਇਹਦੇ ਵਿੱਚ ਗੱਲ ਇਦਾਂ ਹੈ ਜਿਹੜੇ ਲੋਕਾਂ ਦੇ ਦਿਮਾਗ ਹੈ ਉਹਨਾਂ ਦੇ ਦਿਮਾਗ ਵੀ ਬਹੁਤ ਗੰਦੇ ਹੋ ਚੁੱਕੇ ਨੇ ਠੀਕ ਹੈ ਜੀ ਉੱਥੇ ਜਿਹੜੇ ਅਖੌਤੀ ਵੈਦ ਨੇ ਜਿਹਨੇ ਅਨਪੜ੍ਹ ਨੇ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਵੀ ਹਾਂ ਆਯੁਰਵੇਦਾ ਹੈ ਕੀ ਹੈ ਜਿਹੜੇ ਅਧ ਵਿਚਾਲੇ ਆ 40 45 ਸਾਲ ਦੇ ਉਮਰ ਤਾਂ ਵੈਦ ਇੰਨੇ ਕ ਉੱਠ ਕੇ ਬਣ ਗਏ ਤੁਸੀਂ ਕਹਿ ਲੋ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੁਝ ਵੀ ਕੀ ਹੈਗਾ ਆਯੁਰਵੇਦਾ ਤੁਸੀਂ ਇਹ ਕਹਿ ਲੋ ਵੀ 7-7 ਦਿਨਾਂ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਘੋੜੇ ਵਰਗੀਆਂ ਤਾਕਤਾਂ ਦਈ ਜਾਂਦੇ ਨੇ ਇੰਨਾ ਕ ਜ਼ਿਆਦਾ ਨੌਜਵਾਨੀ ਨੂੰ ਜਿਨ੍ਹਾਂ ਨੇ ਢਕਾ ਕੇ ਰੱਖਿਆ ਹਯਾ ਜੀ ਅਸਰ ਪਹਿਲੇ ਦਿਨ ਤੋਂ ਸ਼ੁਰੂ ਜਿਹੜੇ ਨੌਜਵਾਨ ਹੈ ਉਹ ਸਾਨੂੰ ਵੀ ਫੋਨ ਕਰਕੇ ਕਹਿੰਦੇ ਨੇ ਜੀ ਫਲਾਣਾ ਬੈਤਾਂ 7 ਦਿਨਾਂ 'ਚ ਸਾਨੂੰ ਤਾਕਤ ਇੰਨੀ ਦਿੰਦਾ 21 ਦਿਨ ਦਾ ਫਾਰਮੂਲਾ ਯਾਰ ਇਹੋ ਜਿਹਾ ਬਣ ਕੀ ਗਿਆ ਜਿਹੜਾ ਬੰਦੇ ਨੂੰ 7 ਦਿਨ ਦੇ ਵਿੱਚ ਘੋੜਾ ਕੋਈ ਬਣਾ ਦੂਗਾ 21 ਦਿਨ ਦੇ ਵਿੱਚ ਕੋਰਸ ਪੂਰਾ ਕਰ ਦੂਗਾ ਸਾਨੂੰ ਤਾਂ ਅੱਜ ਤੱਕ ਕੋਈ ਐਡੇ ਐਡੇ ਕਿਤਾਬਾਂ ਪੜ੍ਹ ਲਈਆਂ ਸਾਨੂੰ ਤਾਂ ਕੋਈ ਅੱਜ ਤੱਕ ਕੋਈ ਇਹ ਜੀ ਨੁਸਖਾ ਜਾਂ ਚੀਜ਼ ਲੱਭੀ ਨਹੀਂ ਹੈਗੀ ਪਰ ਉਹ ਨੌਜਵਾਨ ਆ ਜਿਹੜੇ ਆਪਣੇ ਸਿਹਤ ਨਾਲ ਐਦਾਂ ਦੀਆਂ ਚੀਜ਼ਾਂ ਦੇਖ ਕੇ ਐਦਾਂ ਦੇ ਫਾਰਮੂਲੇ ਪੜ੍ਹ ਕੇ ਆਪਣੇ ਤੇ ਅਜਮਾ ਕੇ ਤੇ ਉਹ ਆਪਣੇ ਸਰੀਰ ਦੇ ਨਾਲ ਜਿਹੜੇ ਆਪ ਜੀ ਕਹੇ ਕਿ ਲੋਬੀ ਆਪਣੇ ਗਿੱਟਿਆਂ ਤੇ ਕੁਲਹਾੜੀ ਜਿਹੜੀ ਮਾਰ ਰਹੇ ਨੇ ਸਗੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਸਰੀਰ ਦੇ ਨਾਲ ਆਪ ਕੰਡੇ ਵੀਜ ਕੇ ਹੋ ਆਪਣੇ ਆਉਣ ਵਾਲੀ ਲਾਈਫ ਨੂੰ ਜਿਹੜੇ ਉਹ ਖਰਾਬ ਕਰ ਰਹੇ ਨੇ ਇੰਨਾ ਕਿ ਜਿਹੜਾ ਗੰਭੀਰ ਸਮਾਂ ਆ ਗਿਆ ਅਸੀਂ ਇਹੀ ਚੀਜ਼ ਕਹਿੰਦੇ ਹਾਂ ਵੀ ਐਦਾਂ ਦੀਆਂ ਚੀਜ਼ਾਂ ਕਦੇ ਕੋਈ ਚੀਜ਼ਾਂ ਨਹੀਂ ਬਣੀਆਂ ਜਿਹੜੀਆਂ ਤੁਹਾਨੂੰ ਪਹਿਲੇ ਦਿਨ ਤੋਂ ਕੋਈ ਅਹੇਜੀ ਚੀਜ਼ ਜਿਹੜੀ ਤੁਹਾਡੀ ਟਾਈਮਿੰਗ ਲਈ ਜਾਂ ਤੁਹਾਡੇ ਧਾਤ ਲਈ ਜਾਂ ਤੁਹਾਡੇ ਸ਼ੋਪਨ ਦੋਸ਼ ਲਈ ਜਾਂ ਤੁਹਾਡੀ ਮਰਦਾਨਾ ਤਾਕਤ ਲਈ ਤੁਹਾਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਅਸਰ ਦਿਖਾ ਦੇਵੇ ਐਦਾਂ ਦੀ ਕੋਈ ਚੀਜ਼ ਆਯੁਰਵੇਦਾ ਦੇ ਵਿੱਚ ਬਣੀ ਹੀ ਨਹੀਂ। ਜੀ ਤੁਸੀਂ ਤੇ ਇੱਕ ਦਿਨ ਦੀ ਗੱਲ ਕਰਦੇ ਹੋ ਤੇ ਕਹਿੰਦੇ ਨੇ ਜੀ ਖੁਰਾਕ ਲੈਂਦੇ ਸਾਰ ਘੋੜੇ ਬਣ ਜਾਓ। ਜੀ ਦੇਖੋ ਉਹਦੇ ਵਿੱਚ ਕੀ ਹੈ ਹੁਣ ਤੁਸੀਂ ਗੱਲ ਦੇਖੋ ਤੁਸੀਂ ਦੇਖੋ ਵੀ ਆਯੁਰਵੇਦਾ ਇੰਨਾ ਵਰਲਡ ਦੀ ਸਭ ਤੋਂ ਪੁਰਾਣੀ ਜਿਹੜੀ ਪੈਥੀ ਹੈ ਜਦੋਂ ਇਨਸਾਨ ਪੈਦਾ ਵੀ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਕੁਦਰਤ ਨੇ ਬੀਜਿਆ ਹੋਇਆ ਹੈ ਜਿਹੜੀ ਬਨਸਪਤੀ ਹੈ ਤੁਸੀਂ ਇਹ ਦੇਖੋ ਵੀ ਇਹ ਨੇਚਰਲ ਚੀਜ਼ ਨਾਲ ਤੁਸੀਂ ਕਿਵੇਂ ਵੀ ਹਾਂ ਵੀ ਹੁਣ ਤੁਸੀਂ ਹੁਣੇ ਖਰਾ ਖਾਧੀ ਤੁਸੀਂ ਘੰਟੇ ਬਾਅਦ ਤੁਸੀਂ ਚਾਰਜ ਹੋ ਗਏ ਘੰਟੇ ਬਾਅਦ ਤੁਹਾਡੇ ਚ ਜੋਸ਼ ਆ ਗਿਆ ਉਹ ਸਾਰਾ ਕੈਮੀਕਲ ਬੇਸਡ ਤੁਹਾਨੂੰ ਪਤਾ ਨਹੀਂ ਕਿੰਨੇ ਕੈਪਸੂਲਾਂ ਚ ਭਰ-ਭਰ ਕੇ ਆਵਾਜ਼ ਦਈ ਜਾਂਦੇ ਨੇ ਕਿ ਬੁੜੀਆਂ ਬਣਾ ਬਣਾ ਕੇ ਦਈ ਜਾਂਦੇ ਨੇ ਉਹ ਸਾਰੀਆਂ ਤੁਸੀਂ ਜ਼ਹਿਰਾਂ ਆਪਣੇ ਅੰਦਰ ਸਰੀਰਾਂ ਦੇ ਅੰਦਰ ਭਰ ਰਹੇ ਹੋ ਆਪਣੇ ਸਰੀਰ ਨੂੰ ਤੁਸੀਂ ਕਹ ਲੋ ਵੀ ਆਉਣ ਵਾਲੇ ਸਮੇਂ 'ਚ ਉਸ ਟਾਈਮ ਦਾ ਤੁਸੀਂ ਇੱਕ ਵਾਰੀ ਪਾਵਰ 'ਚ ਆ ਜੰਨੇ ਹੋ ਪਰ ਆਉਣ ਵਾਲੇ ਸਮੇਂ ਲਈ ਤੁਸੀਂ ਆਪਣੇ ਸਰੀਰ ਨੂੰ ਜਿਹੜਾ ਕੰਡਮ ਕਰ ਰਹੇ ਹੋ ਖੋਖਲਾ ਕਰ ਰਹੇ ਹੋ ਜੀ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਹੈ ਜਦੋਂ ਇਸ ਤਰੀਕੇ ਨਾਲ ਕੋਈ ਨੁਸਖੇ ਟੋਟਕੇ ਅਜ਼ਮਾਉਂਦੇ ਨੇ ਜੀ ਡਾਕਟਰ ਸਾਹਿਬ ਉਹਦੇ ਵਿੱਚ ਇਹ ਹੁੰਦਾ ਕਿ ਪੱਠਾ ਹੋਰ ਜ਼ਿਆਦਾ ਵਹਿ ਜਾਂਦਾ ਹੈ ਮਤਲਬ ਉਹ ਕੋਲ ਜਾ ਹੀ ਨਹੀਂ ਸਕਦੇ ਜਾਣ ਤੋਂ ਪਹਿਲਾਂ ਪਹਿਲੇ ਹੀ ਫਰਕ ਹੋ ਜਾਂਦੇ ਨੇ ਦੇਖੋ ਉਹਦੇ ਵਿੱਚ ਗੱਲ ਆਇਆ ਇਹ ਜਿਹੜਾ ਸ਼ੀਗਰ ਪਤਨ ਦਾ ਹੈਗਾ ਜਾਂ ਤਾਤ ਦਾ ਹੈਗਾ ਜਾਂ ਸੁਪਨ ਦੋਸਤ ਦਾ ਮਸਲਾ ਉਹ ਸਾਰਾ ਤੁਹਾਡੇ ਅੰਦਰ ਗਰਮੀ ਜਿਹਨੂੰ ਕਹਿੰਦੇ ਨੇ ਪਿਤ ਵਧਣ ਦੇ ਕਰਕੇ ਹੁੰਦਾ ਤੁਸੀਂ ਪਿਤ ਵਰਧਕ ਹੁਣ ਕਈ ਕਹਿੰਦੇ ਨੇ ਜੀ ਛਾਲਮ ਪੰਜਾ ਖਾ ਲੋ ਛਾਲਮ ਮਿਸ਼ਰੀ ਖਾ ਲੋ ਅਕਰ ਕਰਾ ਖਾ ਲੋ ਉਹ ਤਾਂ ਯਾਰ ਬੰਦੇ ਦੇ ਅੰਦਰ ਪਹਿਲਾਂ ਹੀ ਹੋਰ ਅੱਗ ਲਾ ਦੇਣਗੇ ਪਿਤ ਹੋਰ ਜ਼ਿਆਦਾ ਵਧਾ ਦੇਣਗੇ ਤੁਹਾਡਾ ਵੀਰਜ ਪਾਣੀ ਵਰਗਾ ਹੋਰ ਜ਼ਿਆਦਾ ਬਣਾ ਦੇਣਾ ਉਹਨੇ ਉਹ ਤੁਹਾਡਾ ਵੀਰਜ ਗਾੜਾ ਕਿੱਥੋਂ ਕਰ ਦੂਗਾ ਜੜੀਆਂ ਚੀਜ਼ਾਂ ਪਹਿਲਾਂ ਗਰਮ ਨੇ ਉਹ ਤੁਹਾਡੇ ਲੀਵਰ ਦੇ ਅੰਦਰ ਹੋਰ ਅੱਗ ਲਾਉਣਗੀਆਂ ਤੁਹਾਡੇ ਵੀਰਜ ਨੂੰ ਪਤਲਾ ਕਰਨਗੀਆਂ ਜਾਂ ਤੁਹਾਡੇ ਵੀਰਜ ਨੂੰ ਉਹ ਘਾੜਾ ਕਰਨਗੀਆਂ ਲੋਕ ਆਪਣੇ ਆਪ ਦੇ ਵਿੱਚ ਦਿਮਾਗ ਦੇ ਵਿੱਚ ਆਪ ਵੀ ਕਦੇ ਸੋਚਦੇ ਨਹੀਂ ਹੈਗੇ ਉਹਨਾਂ ਦੇ ਦਿਮਾਗ ਹੀ ਨਹੀਂ ਕਿਉਂਕਿ ਉਹ ਜਿਹੜੇ ਲੋਕ ਆ ਉਹ ਇੰਨਾ ਨੌਜਵਾਨਾਂ ਨੂੰ ਉਹਨਾਂ ਨੇ ਭੜਕਾ ਦਿੱਤਾ ਵੀ ਹਾਂ ਲਿੰਗ ਤੇ ਤੇਲ ਮਲ ਲਓ ਜਾਂ ਇਹ ਕਰ ਲਓ ਵਾਹ ਕਰ ਲਓ ਤੁਹਾਡਾ ਇੰਨੀ ਥਾ ਪਾਵਰ ਆ ਜੂਗੀ ਲੋਕ ਦਿਮਾਗ ਦੇ ਵਿੱਚ ਉਹ ਚੀਜ਼ ਬਿਠਾ ਲੰਨੇ ਨਾ ਕਿ ਆਪਣੇ ਸਰੀਰ ਨੂੰ ਕਾਬੂ ਨਹੀਂ ਰੱਖਦੇ ਹੈਗੇ ਦਿਮਾਗ ਹੀ ਇੰਨਾ ਭੜਕਾ ਦਿੱਤਾ ਲੋਕਾਂ ਨੇ ਨੌਜਵਾਨਾਂ ਨੇ ਜਿਹੜਾ ਹੋ ਹੈਗਾ ਉਹ ਸਭ ਤੋਂ ਵੱਧ ਜਿਹੜਾ ਹੈਗਾ ਆਪਣੇ ਸਰੀਰ ਨੂੰ ਉਹ ਖਰਾਬ ਕਰ ਰਹੇ ਆ ਇਦਾਂ ਦੀਆਂ ਚੀਜ਼ਾਂ ਖਾ ਖਾ ਕੇ ਤੇ ਵੈ ਜੀ ਮਾਰਕੀਟ ਦੇ ਵਿੱਚ ਇਸ ਵੇਲੇ ਸਾਡੇ ਦੇ ਤੇਲ ਚਾਈਨੀਜ਼ ਤੇਲ ਚੱਲ ਰਹੇ ਨੇ ਉਹ ਮਤਲਬ ਬਹੁਤ ਤਰ੍ਹਾਂ ਤਰ੍ਹਾਂ ਦੇ ਮੈਨੂੰ ਤੇ ਸੰਗ ਲੱਗਦੀ ਹੈ ਉਹ ਕੈਮਰੇ ਮੂਰੇ ਉਹ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਸਾਂਡੇ ਦਾ ਤੇਲ ਕੁਝ ਕਰ ਸਕਦੇ ਸਾਂਡੇ ਦੇ ਤੇਲ ਦੀ ਅਸਲੀਅਤ ਕੀ ਹੈ ਚਲੋ ਤੁਸੀਂ ਅੱਜ ਇਹ ਦੱਸੋ ਜਿਹੜਾ ਸਾਂਡੇ ਦਾ ਤੇਲ ਹੈ ਉਹ ਅਸਲ ਦੇ ਵਿੱਚ ਹੈ ਹੀ ਕੁਝ ਨਹੀਂ ਹੈਗਾ ਹਨ ਤੁਸੀਂ ਸਾਂਡਾ ਇੱਕ ਤਰ੍ਹਾਂ ਦਾ ਜਾਨਵਰ ਹੈ ਰੇਗਿਸਤਾਨ ਦੇ ਵਿੱਚ ਰਹਿੰਦਾ ਹੈ ਉਹਦੀ ਪੂੰਛ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਜੇ ਆਪਾਂ ਪੂੰਛੋਂ ਤੇਲ ਵੀ ਕੱਢਿਆ ਤਾਂ ਵੱਧ ਤੋਂ ਵੱਧ ਜ਼ੋਰ ਲਾ ਕੇ ਇੱਕ ਬੂੰਦ ਤੇਲ ਨਿਕਲਦਾ ਤਾਂ ਉਹ ਕਈ ਲੱਖਾਂ ਰੁਪਏ ਦੇ ਜਿਹੜੀ ਹੈਗੀ ਆ ਉਹ ਬੂੰਦ ਹੈ ਤੁਸੀਂ ਦੇਖੋ ਉਹ ਤੁਹਾਨੂੰ 2-200 ਰੁਪਏ ਦੀਆਂ ਸ਼ੀਸ਼ੀਆਂ ਵੇਚਦੇ ਨੇ ਤੁਸੀਂ ਦੇਖੋ ਵੀ ਉਹਦੇ ਵਿੱਚ ਕਿੰਨਾ ਇੱਕ ਹੈਗਾ ਜਿਹੜਾ ਅਸਲੀਅਤ ਹੈਗੀ ਆ ਇੱਕ ਬਸ ਇਹ ਕਹਿ ਲਓ ਵੀ ਉਹਦਾ ਨਾਂ ਰੱਖ ਕੇ ਉਹਦਾ ਬਸ ਇੱਕ ਨੌਜਵਾਨਾਂ ਨੂੰ ਪੜਾਇਆ ਪੜਕਾਇਆ ਜਾ ਰਿਹਾ ਹੈ ਤੁਸੀਂ ਇੰਨੀ ਮਹਿੰਗੀ ਕੀਮਤ ਵਾਲਾ ਤੇਲ ਤੁਹਾਨੂੰ ਕੋਈ 200 ਦੇ ਵਿੱਚ ਕਿਵੇਂ ਦੇ ਸਕਦਾ ਹੈ ਨਾ ਤੁਸੀਂ ਇਹਦੇ ਕੋਲ ਚਾਈਨਸ ਤੇਲ ਦੀ ਗੱਲ ਕੀਤੀ ਆ ਤੁਸੀਂ ਉਹਨਾਂ ਦੇ ਵਿੱਚ ਕੀ ਹੈ ਉਹਨਾਂ ਦੇ ਵਿੱਚ ਲਿਗਨੋਕੇ ਨਾਂ ਦਾ ਇੱਕ ਸਾਲਟ ਹੈ ਜੋ ਕੀ ਹੈ ਤੁਹਾਡੀ ਚਮੜੀ ਨੂੰ ਸੁਨਨ ਕਰ ਦਿੰਦਾ ਹੈ ਜਿਹੜਾ ਡਾਕਟਰ ਸੁਨਨ ਕਰਨ ਲਈ ਵੀ ਵਰਤੇ ਜਾਂਦੇ ਨੇ ਉਹ ਜਿਹੜੇ ਇੰਦਰੀ ਦੇ ਉੱਤੇ ਬਹੁਤ ਜਿਹੜੇ ਨੌਜਵਾਨ ਇਸਤੇਮਾਲ ਕਰਦੇ ਨੇ ਉਹ ਆਉਣ ਆਲੇ ਸਮੇਂ 'ਚ ਤੁਹਾਡੀਆਂ ਸਗੋਂ ਜਿਹੜੀਆਂ ਨਸਾਂ ਆ ਉਹਨਾਂ ਨੂੰ ਹੋਰ ਜ਼ਿਆਦਾ ਢਿੱਲਾ ਕਰਦਾ ਹੋਰ ਜ਼ਿਆਦਾ ਉਹਨਾਂ ਨੂੰ ਸੁਨਨ ਕਰ ਦਿੰਦਾ ਹੈ ਉਹਦੇ ਕਰਕੇ ਹੋਰ ਸਮੱਸਿਆ ਵੱਧਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜਿਹੜਾ ਨੌਜਵਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਦੂਰ ਰਹਿਣਾ ਚਾਹੀਦਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਇਸ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹ ਕਹਿੰਦੇ ਨੇ ਇਹ ਦਿਲ ਮੰਗੇ ਮੋਰ 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 ਜੀ ਇੱਕ ਕੁਦਰਤ ਨੇ ਵੀ ਤਾਂ ਨਿਯਮ ਸੈੱਟ ਕੀਤਾ ਹੋਇਆ ਹੈ ਉਹ ਕੁਦਰਤੀ ਜਿਹੜਾ ਨਿਯਮ ਹੈਗਾ ਕੁਦਰਤੀ ਜਿਹੜੀ ਪ੍ਰਣਾਲੀ ਹੈਗੀ ਹੈ ਤੁਸੀਂ ਅੱਜ ਸਾਡੇ ਦਰਸ਼ਕਾਂ ਤੱਕ ਇਹ ਵੀ ਬਹਿਮ ਕੱਢੋ ਕਿ ਟਾਈਮ ਕੀ ਹੁੰਦਾ ਹੈ ਕਿੰਨਾ ਜਿਹੜਾ ਕੁਦਰਤੀ ਤੌਰ ਤੇ ਹੋਵੇ ਤੇ ਉਹ ਸ਼ਿਫੀਸ਼ੈਂਟ ਹੁੰਦਾ ਦੇਖੋ ਕੁਦਰਤੀ ਤੌਰ ਤੇ ਟਾਈਮ ਉਹ ਹੈ ਜਿਹੜਾ ਤੁਹਾਡੇ 파ਟਨਰ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਕਰ ਦਵੇ ਉਹਨੂੰ ਚਰਮ ਸੀਮਾ ਤੇ ਤੱਕ ਲੈ ਜਾਵੇ ਤੁਸੀਂ ਇਹ ਦੇਖੋ ਜਿਹੜਾ ਹੁਣ ਤੁਸੀਂ ਗੱਲ ਕਰੀ ਆ ਵੀ ਸੰਭੋਗ ਆ ਵੀ ਕਿੰਨਾ ਵਾਰ ਆ ਕਿੰਨੀ ਨਾਰ ਆ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਦਿਮਾਗ ਦੇ ਵਿੱਚ ਚੜ ਚੁੱਕਿਆ ਸਾਡੇ ਕੋਲ ਸਵਾਲ ਕਰਦੇ ਨੇ ਆ ਕਿ ਜੀ ਇੱਕ ਵਾਰ ਕਰਕੇ ਜੀ ਦੂਜੀ ਵਾਰ ਦਿਲ ਨਹੀਂ ਕਰਦਾ ਜਾਂ ਵਾਹ ਨਹੀਂ ਕਰਦਾ ਤੁਸੀਂ ਦੇਖੋ ਅੱਜ ਜਿਹੜੀ ਤੁਸੀਂ ਖਰਾਕ ਖਾਧੀ ਐ ਤੁਸੀਂ ਅੱਜ ਖਰਾਕ ਲੈਨੇ ਉਹਦਾ 28ਵੇਂ ਦਿਨ ਜਿਹੜਾ ਤੁਹਾਡਾ ਸ਼ੁਕਰ ਤਿਆਰ ਹੋਣਾ ਸੱਤ ਧਾਤੂਆਂ ਤੋਂ ਸਭ ਤੋਂ ਉੱਤਮਲੀ ਉੱਤਮ ਜਿਹੜੀ ਧਾਤੂ ਹੈ ਸੱਤਵੇਂ ਨੰਬਰ ਦੇ ਧਾਤੂ ਆਉਂਦੀ ਹੈ ਸ਼ੁਕਰ ਧਾਤੂ ਹੈ ਜਿਹੜੀ ਅੱਜ ਤੋਂ ਖਾ ਖਰਾਕ ਖਾਧੀ ਉਹਦਾ 28ਵੇਂ ਦਿਨ ਸ਼ੁਕਰ ਤਿਆਰ ਹੋਣਾ ਜਾ ਕੇ ਤੁਸੀਂ ਉਹਨੂੰ ਰੋਜ਼ ਨਾਲੋਂ ਨਾਲ ਕੱਢੀ ਜਾਓਗੇ ਉਹ ਬਣੂਗਾ ਕਦੋਂ ਬਾਅਦ ਵਿੱਚ ਕਹਿੰਦੇ ਨੇ ਸਾਡਾ ਤਾਂ ਜੀ ਵੀਰਜ ਨਹੀਂ ਨਿਕਲਦਾ ਸਾਡਾ ਤਾਂ ਵੀਰਜ ਨਹੀਂ ਬਣਦਾ ਤੁਸੀਂ ਬਣੂਗਾ ਕਿਵੇਂ ਬਣਨ ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਖਤਮ ਕਰੀ ਬੈਠੇ ਹੋ ਕਈ ਉਹ ਬੰਦੇ ਸਾਡੇ ਕੋਲ ਕੰਪਨੀ ਵਾਲੇ ਇੱਕ ਦਿਨ ਮੇਰੇ ਕੋਲ ਕੰਪਨੀ ਵਾਲ ਆ ਗਿਆ ਆ ਕੇ ਕਹਿੰਦਾ ਜੀ ਸਾਡੀ ਦਵਾਈ ਜੀ 10 ਦਿਨ ਦੇ ਵਿੱਚ ਸ਼ਿਕਰਾ ਨੂੰ ਵਧਾ ਦਿੰਦੀ ਹੈ ਮੈਂ ਕਿਹਾ ਜੀ ਸਾਨੂੰ ਤਾਂ ਇਹੋ ਜਿਹਾ ਕੁਝ ਲੱਭਿਆ ਨਹੀਂ ਹੁਣ ਤੱਕ ਜਿਹੜਾ 10 ਦਿਨ ਦੇ ਵਿੱਚ ਤੁਹਾਡੀ ਦਵਾਈ ਐਸਾ ਜਿਹੇ ਜੀ ਕੋਈ ਬੂਟੀ ਜਿਹੜੀ 10 ਦਿਨਾਂ ਚ ਸ਼ਿਕਰਾ ਨੂੰ ਵਧਾ ਦੇਵੇ ਜਿਹੜੀ ਚੀਜ਼ ਦੇ ਹੈ ਤਿਆਰੇ 28ਵੇਂ ਦਿਨ ਜਾ ਕੇ ਹੋਣਾ ਹੈ ਉਹ 10 ਦਿਨ ਦੇ ਵਿੱਚ ਕਿਵੇਂ ਹੱਲ ਕਰ ਸਕਦੀ ਹੈ ਇਹ ਪਤਾ ਨਹੀਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਕੀ ਵੱੜ ਚੁੱਕਿਆ ਹੈ ਇਹਨੂੰ ਕਲਯੁਗ ਕਹਿ ਲਓ ਇਹਨੂੰ ਮਾਡਰਨ ਸਾਇੰਸ ਕਹਿ ਲਓ ਇਹਨੂੰ ਪੱਛਮੀ ਸਭਿਅਤਾ ਜਿਹੜਾ ਜ਼ਿਆਦਾ ਪ੍ਰਭਾਵ ਕਹਿ ਲਓ ਇਹ ਤੁਸੀਂ ਕਹਿ ਲਓ ਵੀ ਇੰਨਾ ਕ ਲੋਕਾਂ ਦੇ ਉੱਤੇ ਹਾਵੀ ਜਿਹੜਾ ਨੌਜਵਾਨਾਂ ਦੇ ਉੱਤੇ ਹਾਵੀ ਹੋ ਚੁੱਕਿਆ ਜਾਂ ਸੋਸ਼ਲ ਮੀਡੀਆ ਦੇ ਉੱਪਰ ਗਲਤ ਪ੍ਰਚਾਰ ਕਰਕੇ ਇੰਨਾ ਕ ਹਾਵੀ ਹੋ ਚੁੱਕਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦਾ ਵਿਅੰਤਾ ਜੀਵਨ ਹੈ ਮੈਰਿਡ ਲਾਈਫ ਹੈ ਉਹ ਤੁਸੀਂ ਕਹਿ ਲਓ ਵੀ ਅੱਜ ਦੇ ਸਮੇਂ 'ਚ ਵੀ ਆਪਾਂ ਦੇਖਦੇ ਆਂ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ 20-25 ਸਾਲ ਪਿਛੇ ਚਲੇ ਜਾਈਏ ਆਪਾਂ ਤੁਸੀਂ ਇਹ ਕਹੋ ਉਸ ਟਾਈਮ ਕੋਈ ਤਲਾਕ ਹੁੰਦਾ ਸੀ ਡਿਵੋਰਸ ਹੁੰਦਾ ਸੀ ਘਰ ਦੇ ਵਿੱਚ ਤਾਂ ਉਹ ਘਰ ਦੀ ਕੋਈ ਕਿਸੇ ਹਾਲਾਤ ਕਰਕੇ ਹੁੰਦਾ ਸੀ ਪਰ ਅੱਜ 90% ਜਿਹੜੇ ਵਿਆਹ ਟੁੱਟ ਰਹੇ ਨੇ ਉਹ ਤੁਸੀਂ ਕਹੋ ਵੀ ਲੋਕਾਂ ਦੀ ਸੈਕਸੁਅਲ ਲਾਈਫ ਡੈੱਡ ਹੋਣ ਕਰਕੇ ਟੁੱਟ ਰਹੇ ਨੇ ਨਾ ਕਿ ਉਹਨਾਂ ਦਾ ਹੋਰ ਕਾਰਨ ਹੈ ਇੰਨੇ ਕ ਜਿਆਦਾ ਜਿਹੜੇ ਨੌਜਵਾਨ ਆ ਸਾਡੇ ਉਹ ਇਸ ਪੱਖੋਂ ਕਹੋ ਵੀ ਹਾਰ ਚੁੱਕੇ ਨੇ ਜੀ ਅੱਛਾ ਮੇਲ ਦਾ ਸਮਵਰਧਾਇਆ ਜਾ ਸਕਦੇ ਜਿਸ ਤਰੀਕੇ ਨਾਲ ਐਡਾਂ ਚਲਦੀਆਂ ਨੇ ਬਹੁਤ ਸਾਰੀਆਂ ਦੇਖੋ ਸਮਾਂ ਜ਼ਰੂਰ ਵਧਾਇਆ ਜਾ ਸਕਦਾ ਜਦੋਂ ਤੁਹਾਡਾ ਵੀਰ ਜਗੜਾ ਹੈ ਵੀਰ ਜ ਨੂੰ ਗਾੜਾ ਕਰਕੇ ਉਹਦਾ ਸਮਾਂ ਜ਼ਰੂਰ ਵਧਾਇਆ ਜਾ ਸਕਦਾ ਪਰ ਉੱਥੇ ਦਿਮਾਗ ਨੂੰ ਆਪਣੇ ਨੂੰ ਫਿੱਟ ਰੱਖਣ ਦੀ ਕੰਟਰੋਲ ਰੱਖਣ ਦੀ ਬਹੁਤ ਹੋਇਆ ਜਿਹੜੇ ਦਿਮਾਗ ਨੇ ਬੰਦੇ ਨੇ ਸਿਰਫ ਉਹਨੂੰ ਬਾੜਿਆ ਹੀ ਦਿਮਾਗ ਦੇ ਵਿੱਚ ਹੋਇਆ ਉਹਦੇ ਵਾਸਤੇ ਤੁਸੀਂ ਕੋਸ਼ਿਸ਼ ਚਾਹੇ ਉਹਨੂੰ ਸੋਨੇ ਦੀਆਂ ਇੱਟਾਂ ਕੁੱਟ ਕੇ ਦੇ ਦਿਓ ਉਹਦੇ ਵਾਸਤੇ ਕੁਝ ਵੀ ਨਹੀਂ ਹੈ ਸੋਨੇ ਦੀ ਇੱਟ ਤੋਂ ਮਾਫ ਕਰਨਾ ਮੈਥੋਂ ਨੂੰ ਸੋਨੇ ਦੀ ਇੱਟ ਤੋਂ ਇੱਕ ਹੋਰ ਸਵਾਲ ਮੇਰੇ ਦਿਮਾਗ 'ਚ ਆਇਆ ਹੈ ਤੇ ਸਵਰਨ ਭਸਮ ਜਿਹੜੀ ਉਹ ਖਵਾਈ ਜਾ ਰਹੇ ਨੇ ਜੀ ਉਹ ਕੀ ਹੁੰਦੀ ਹੈ ਦੇਖੋ ਸੋਨੇ ਦੀ ਭਸਮ ਹੈ ਉਹ ਠੀਕ ਹੈ ਮੇਰੇ ਕੋਲ ਕਈ ਬੰਦੇ ਆਈ ਜਾਂਦੇ ਨੇ ਆਉਂਦੇ ਨੇ ਨੌਜਵਾਨ ਆਗੇ ਨੇ ਵੀ ਸਾਨੂੰ ਬੰਦੇ ਨੇ ਫਲਾਣੇ ਵੈਦ ਨੇ ਜੀ ਸੋਨੇ ਦੀ ਭਸਮ ਦਿੱਤੀ ਹੈ ਉਹ ਚਮਕਦੀ ਚੀਜ਼ ਦਿਖਾਉਂਦੇ ਨੇ ਜਿਹੜੇ ਹੈਗੇ ਆ ਅੱਜ ਕੱਲ ਵੈਦ ਉਹ ਕੀ ਪਾਈ ਜਾਂਦੇ ਨੇ ਸਵਰਨ ਬੰਗ ਪਾ ਕੇ ਦੇਈ ਜਾਂਦੇ ਨੇ ਸੋਨੇ ਦੀ ਭਸਮ ਦਾ ਜਿਹੜਾ ਅਸਲ ਰੰਗ ਆ ਉਹ ਕਾਲਾ ਹੁੰਦਾ ਜੀ ਉਹ ਨੌਜਵਾਨਾਂ ਨੂੰ ਉਹ 70 ਰੁਪਏ ਦੀ ਚੀਜ਼ ਦੇ ਕੇ ਉਹਨਾਂ ਤੋਂ ਲਈ ਜਾਂਦੇ ਨੇ 30 30 40 40 ਹਜ਼ਾਰ ਰੁਪਏ ਨੌਜਵਾਨ ਆ ਜਿਹੜੇ ਡਰਦੇ ਆ ਵਿਆਹ ਤੋਂ ਪਹਿਲਾਂ ਉਹ 30 30 40 40 ਹਜ਼ਾਰ ਵੀ ਉਹਨਾਂ ਦੇ ਅੱਗੇ ਸਿੱਟੀ ਜਾਂਦੇ ਨੇ ਜੀ ਕੋ ਜੀ ਮੈਂ ਕਹਿੰਦਾ ਜੀ ਕਰਜ਼ਾ ਲੈ ਲੈ ਕੇ ਬਹੁਤ ਸਾਰੇ ਮੁੰਡਿਆਂ ਨੂੰ ਮੈਂ ਇਦਾਂ ਨੂੰ ਜਾਣਦਾ ਜਿਹੜੇ ਵਿਆਹ ਤੋਂ ਪਹਿਲਾਂ ਚੋਰੀ ਤੋਂ ਘਰ ਇੰਨੇ ਪੈਸੇ ਕੋਲ ਨਹੀਂ ਹੁੰਦੇ ਤੇ ਕਰਜ਼ਾ ਲੈ ਕੇ ਆਏ ਉਹ ਕਹਿੰਦੇ ਨੇ ਵੀ ਵਿਆਹ ਤੋਂ ਬਾਅਦ ਸਾਨੂੰ ਸ਼ਰਮਿੰਦਗੀ ਨਾ ਆਵੇ ਗੱਲ ਗੱਲ ਉਹੀ ਆ ਨਾ ਗੱਲ ਉੱਥੇ ਆ ਕੇ ਖੜਦੀ ਆ ਵੀ ਸਾਡੇ ਦਿਮਾਗ ਤੇ ਖੜਦੀ ਆ ਵੀ ਸਾਡਾ ਦਿਮਾਗ ਹਿੱਲ ਚੁੱਕਿਆ ਨੌਜ ਨਾ ਤਾਂ ਕੋਈ ਸਿਹਤ ਦੇਣੇ ਵਾਲਾ ਨਾ ਉਹ ਸਿੱਧੇ ਪਾਸੇ ਜਾਣ ਨੂੰ ਤਿਆਰ ਹੈ ਉਹ ਠੀਕ ਹੈ ਹਫਤੇ ਚ ਹੋਣਾ ਚਾਹੁੰਦੇ ਆ ਹਫਤੇ ਚ ਇਹ ਜੀ ਕੋਈ ਦਵਾਈ ਨਹੀਂ ਜਿਹੜੀ ਤੁਹਾਡੇ ਇਹ ਵੀਰਜ ਨੂੰ ਗਾੜਾ ਕਰ ਦਵੇ ਜਾਂ ਤੁਹਾਨੂੰ ਮਰਦਾਨਾ ਤਾਕਤ ਅਥਾਹ ਦੇ ਦੇਵੇ ਐਦਾਂ ਦੀ ਕੋਈ ਦਵਾਈਓ ਨਹੀਂ ਬਣੀ ਉਹ ਐਦਾਂ ਦੇ ਕੈਮੀਕਲ ਖਾ ਖਾ ਕੇ ਐਦਾਂ ਦੇ ਜਿਹੜੇ ਹੈਗੇ ਆ 2 ਨੰਬਰੀ ਇਹ ਵੈਦਾਂ ਕੋਲ ਫਸ ਕੇ ਕੈਮੀਕਲ ਖਾ ਕੇ ਆਪਣੇ ਪੈਸੇ ਦੀ ਵੀ ਬਰਬਾਦੀ ਕਰਦੇ ਆ ਤੇ ਆਪਣੇ ਸਰੀਰ ਦੀ ਵੀ ਬਰਬਾਦੀ ਕਰਦੇ ਆ ਤੀਜਾ ਨੰਬਰ ਜਦੋਂ ਕੁਝ ਬਣਦਾ ਨਹੀਂ ਫਿਰ ਉਹ ਦਿਮਾਗੀ ਪੱਖੋਂ ਡਿਪਰੈਸ਼ਨ ਚ ਵੀ ਜਾਂਦੇ ਨੇ ਜੀ ਜੀ ਅੱਛਾ ਇੱਕ ਹੋਰ ਆਖਿਰ ਦੇ ਵਿੱਚ ਸਵਾਲ ਅਸੀਂ ਤੁਹਾਡੇ ਕੋਲੋਂ ਨੁਸਖਾ ਵੀ ਫਾਰਮੂਲਾ ਵੀ ਲਵਾਂਗੇ ਦੇਖੋ ਫਾਰਮੂਲਾ ਹੈ ਯੰਗ ਵੈਧ ਹੋਰਾਂ ਨੇ ਰੱਖਿਆ ਹੋਇਆ ਇਹਦੇ ਨਾਲ ਕਹਿੰਦਾ ਹੈ ਕਿ ਜਿਹੜਾ ਮੇਲ ਦਾ ਸਮਾਂ ਹੈ ਉਹ ਵੱਧ ਜਾਂਦਾ ਹੈ ਜਾਂ ਜਿਨ੍ਹਾਂ ਦਾ ਸੈਟੀਸਫੈਕਸ਼ਨ ਲੈਵਲ ਤੱਕ ਨਹੀਂ ਹੈ ਉਹ ਸੈਟੀਸਫੈਕਸ਼ਨ ਲੈਵਲ ਤੱਕ ਵੀ ਪਹੁੰਚ ਜਾਂਦਾ ਹੈ ਇੱਕ ਸਵਾਲ ਇੱਕ ਹੋਰ ਹੈ ਜੀ ਜਿਹੜੇ ਮੁੰਡੇ ਇਸ ਵੇਲੇ ਗਰਸਤੀ ਤੋਂ ਪਹਿਲਾਂ ਆਪਣੀ ਪਾਵਰ ਵਧਾਉਣ ਵਾਸਤੇ ਸਟੈਮਨਾ ਵਧਾਉਣ ਵਾਸਤੇ ਪਾਵਰ ਕੈਪਸੂਲ ਪਾਵਰ ਗੋਲੀਆਂ ਤੇ ਤਰ੍ਹਾਂ ਤਰ੍ਹਾਂ ਦੇ ਤੇਲ ਤਰ੍ਹਾਂ ਤਰ੍ਹਾਂ ਦੀਆਂ ਮਾਲਿਸ਼ਾਂ ਜਿਹੜੇ ਕਰਦੇ ਨੇ ਉਹ ਕਿੰਨੇ ਖਤਰਨਾਕ ਨੇ ਜਾਂ ਉਹ ਠੀਕ ਨੇ ਦੇਖੋ ਆਪਣਾ ਕੋਈ ਅੰਗ ਹੈ ਆਪਣੀ ਉਂਗਲ ਹੈ ਤੁਸੀਂ ਇਹਨੂੰ ਤੇਲ ਲਾ ਕੇ ਵਧਾ ਸਕਦੇ ਹੋ ਨਹੀਂ ਵੱਧ ਸਕਦਾ ਠੀਕ ਹੈ ਜੀ ਉਹ ਸਭ ਲੋਕ ਤੁਹਾਨੂੰ ਲੁੱਟਣ ਆਲੇ ਆ ਨੌਜਵਾਨਾਂ ਨੂੰ ਭੜਕਾਉਣ ਆਲੇ ਆ ਨੌਜਵਾਨ ਉਸ ਚਾਂਸੇ ਦੇ ਵਿੱਚ 2 2000 3 3000 ਦਾ 5 5 ਐਮ ਐਲ ਜਿਹੜਾ ਤਿਲਾ ਉਹ ਜਿਹੜੇ ਵੇਚੀ ਜਾਂਦੇ ਨੇ ਜਿਹਦੀ ਕੀਮਤ 5 ਰੁਪਏ ਵੀ ਨਹੀਂ ਹੁੰਦੀ ਕਿਉਂਕਿ ਨੌਜਵਾਨ ਦਾ ਦਿਮਾਗ ਹੀ ਉੱਥੇ ਟਿਕ ਚੁੱਕਿਆ ਵੀ ਪਤਾ ਨਹੀਂ ਮੈਂ ਇਹਦੇ ਨਾਲ ਕੀ ਕਰ ਲੂੰਗਾ ਕਿੱਡਾ ਕ ਬਾਦਸ਼ਾਹ ਬਣ ਜਾਊਂਗਾ ਕੀ ਕਰ ਲੂੰਗਾ ਪਰ ਜਦ ਕਿ ਉਹ ਇੱਕ ਤਰ੍ਹਾਂ ਦਾ ਨਿਰਾ ਸਾਡੇ ਹਿਸਾਬ ਨਾਲ ਤਾਂ ਸਾਡੇ ਜੋ ਸਾਡਾ ਤਜਰਬਾ ਉਹਦੇ ਹਿਸਾਬ ਨਾਲ ਤਾਂ ਨਿਰਾ ਇੱਕ ਤਰ੍ਹਾਂ ਦਾ ਝੂਠਾ ਸਾਨੂੰ ਤਾਂ ਇਹੋ ਜਿਹਾ ਕੁਝ ਹੁਣ ਤੱਕ ਲੱਭਿਆ ਨਹੀਂ ਹੈਗਾ ਜੋ ਕਿਸੇ ਚੀਜ਼ ਨੂੰ ਇੰਦਰੀ ਦਾ ਸਾਈਜ਼ ਵਧਾ ਸਕੇ ਪਰ ਜਿਹੜੇ ਕੌਰਟੂਬਿਆਲੇ ਦੇ ਤੇਲ ਹੁੰਦੇ ਨੇ ਜੀ ਉਹ ਕੀ ਚੀਜ਼ ਨੇ ਦੇਖ ਕੌਰਟੂਬਿਆਲੇ ਤੇਲ ਹੋ ਗਿਆ ਇੱਕੋ ਜਿਹੜਾ ਜਾਨਵਰ ਹੁੰਦਾ ਕੀ ਕਹਿੰਦੇ ਨੇ ਜੀ ਉਹਨੂੰ ਉਹਦਾ ਕੋਈ ਤੇਲ ਹੈ ਜੀ ਰੇਗਮਾਹੀ ਹੋ ਗਿਆ ਜੁੰਦਬਦਸਤਰ ਹੋ ਗਿਆ ਉਹ ਜਾਨਵਰ ਹੈ ਉਹ ਜਾਨਵਰ ਦੇ ਇੱਕ ਪਤਾਲੂ ਨੇ ਜੀ ਕਿ ਉਹ ਬਹੁਤ ਠੰਡੇ ਇਲਾਕੇ ਚ ਰਹਿੰਦਾ ਬਰਫ਼ ਦੇ ਵਿੱਚ ਦਰਿਆ ਦੇ ਵਿੱਚ ਰਹਿੰਦਾ ਜਿੱਥੇ ਝਰਨੇ गिरਦੇ ਨੇ ਉਹ ਜਿਹੜਾ ਜੁੰਦਬਦਾਸਤਰ ਹੈ ਉਹਦੇ ਪਤਾਲੂ ਉੱਥੋਂ ਉਹ ਜਾਨਵਰ ਦੇ ਕੱਢੇ ਜਾਂਦੇ ਨੇ ਪਰ ਉਹ ਦੇਖੋ ਉਹ ਚੀਜ਼ਾਂ ਤਾਕਤ ਤੁਹਾਨੂੰ ਦੇ ਸਕਦੀਆਂ ਨੇ ਤੁਹਾਡੇ ਮਸਲ ਨੂੰ ਤਾਕਤ ਦੇ ਸਕਦੀਆਂ ਨੇ ਇਹ ਨਹੀਂ ਹੈਗਾ ਵੀ ਤੁਹਾਡੇ ਮਸਲ ਨੂੰ ਵਧਾ ਸਕਦੀਆਂ ਨੇ ਐਦਾਂ ਦਾ ਕੁਝ ਨਹੀਂ ਹੈਗਾ ਜੀ ਜੀ ਅੱਛਾ ਤੁਹਾਡੇ ਕੋਲ ਕਿਹੜਾ ਨੁਸਕਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਵੀ ਬੜਾ ਬਿਹਤਰੀਨ ਹੈਗਾ ਨੌਜਵਾਨਾਂ ਨੂੰ ਫਾਰਮੂਲਾ ਦੱਸਣ ਲੱਗੇ ਆ ਨਾ ਕੋਈ ਇਹਦੇ ਵਿੱਚ ਅਕਰਕਰ ਹੈ ਨਾ ਕੁਛ ਹੈ ਵੀ ਨਾ ਕੋਈ ਗਰਮ ਚੀਜ਼ਾਂ ਹੈ ਕਿਉਂਕਿ ਗਰਮੀ ਦੇ ਨਾਲ ਦਾ ਵੀਰਜ ਪਤਲਾ ਹੁੰਦਾ ਆਪਾਂ ਨੇ ਉਹਦੇ ਲੀਵਰ ਨੂੰ ਠੰਡਕ ਦੇ ਕੇ ਉਹਦੇ ਸਰੀਰ ਨੂੰ ਠੰਡਕ ਦੇ ਕੇ ਉਹਦੇ ਵੀਰਜ ਨੂੰ ਗਾढ़ा ਕਰਨਾ ਇਹ ਇਹਨੂੰ ਕਹਿੰਨੇ ਆਪਾਂ ਰੇਹਾ ਦਸਤੀ ਦੇਖੋ ਕਿੰਨੇ ਬਰੀਕ ਜਿਹੜੇ ਦਾਣੇ ਆ ਜਦੋਂ ਤੁਸੀਂ ਇਹਨੂੰ ਕੁੱਟੋਂਗੇ ਦਾ ਚੂਰਨ ਕਰੋਗੇ ਉਸ ਟਾਈਮ ਵੀ ਇਹ ਬਹੁਤ ਜ਼ਿਆਦਾ ਗਾੜੇਪਨ ਤੇ ਲੇਸਦਾਰ ਬਣ ਜਾਂਦਾ ਨਹੀਂ ਰੇਹਾ ਦਸਤੀ ਕਿਵੇਂ ਜੀ ਜਿਹੜੇ ਜਿਹੜੇ ਦਸਤੀ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਆਪਣੇ ਹੱਥੀ ਖਰਾਬ ਕਰ ਲੈਂਦੇ ਨੇ ਘਵਾੜਾ ਮਾਰ ਲੈਂਦੇ ਨੇ ਉਹ ਉਹ ਹੀ ਰਹਿਿਆ ਦਸਤ ਉਹ ਹੀ ਰਹਿਿਆ ਦਸਤੀ ਆ ਉਹ ਇਹ ਨੇ ਹੀ ਉਸ ਚੀਜ਼ ਨੂੰ ਰੱਖਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਖਰਾਬ ਕਰ ਲਿਆ ਉਹ ਇਹਨਾਂ ਨੇ ਹੀ ਇਹ ਚੀਜ਼ ਨੇ ਆਪਣੀ ਕਿਰਪਾ ਕਰਕੇ ਇਸ ਚੀਜ਼ ਨੇ ਹੀ ਉਹਨਾਂ ਦੀ ਰਖਵੱਲੀ ਕਰਨੀ ਆ ਉਹਨਾਂ ਨੂੰ ਰੱਖਣਾ ਉਹਨਾਂ ਦੇ ਜੀਵਨ 'ਚ ਸੁਧਾਰ ਲਿਆਉਣਾ ਆਉਣ ਵਾਲੇ ਸਮੇਂ 'ਚ ਹੁਣ ਤੁਸੀਂ ਦੇਖੋ ਵੀ ਆਪਾਂ ਨੇ ਹਰ ਘਰ ਦੇ ਵਿੱਚ ਆਪਣੇ ਭਿੰਡੀ ਬਣਦੀ ਆ ਯੂ ਨੋ ਲੇਡੀ ਫਿੰਗਰ ਵੀ ਕਹ ਦਿੰਨੇ ਆਪਾਂ ਤੁਸੀਂ ਦੇਖੋ ਜਦੋਂ ਆਪਾਂ ਸਬਜੀ ਉਹਦੀ ਕੱਟਦੇ ਆ ਉਹ ਕਿੰਨੀ ਲੇਸਦਾਰ ਇੱਕ ਤਰ੍ਹਾਂ ਦਾ ਗੂਂਦ ਨਿਕਲਦਾ ਉਹਦੀਆਂ ਜੜਾਂ ਦਾ ਪਾਊਡਰ ਕਰਨਾ ਹੈ ਉਹਦੀਆਂ ਜੜਾਂ ਦਾ ਪਾਊਡਰ ਹੈ ਇਹ ਅਜ ਤੱਕ ਕਿਸੇ ਨੂੰ ਪਤਾ ਨਹੀਂ ਹੈਗਾ ਇਹ ਦੇਖੋ ਚੀਜ਼ਾਂ ਸਸਤੀਆਂ ਵੀ ਬਹੁਤ ਨੇ ਔਰ ਫਾਇਦੇਮੰਦ ਵੀ ਬਹੁਤ ਨੇ ਆਪਾਂ ਮਹਿੰਗੀਆਂ ਚੀਜ਼ਾਂ ਦੇ ਪਿੱਛੇ ਭੱਜੀ ਜਾਂਦੇ ਆਂ ਮਹਿੰਗੀਆਂ ਚੀਜ਼ਾਂ ਸੋਨੇ ਦੀਆਂ ਭਸਮਾਂ ਦੇ ਪਿੱਛੇ ਭੱਜ ਕੇ ਆਪਾਂ ਆਪਣਾ ਸਮਾਂ ਵੀ ਖਰਾਬ ਕਰਦੇ ਆਂ ਸਰੀਰ ਅੰਦਰ ਗਰਮੀ ਵੀ ਪਾਉਂਦੇ ਆਂ ਤੇ ਪੈਸਾ ਵੀ ਖਰਾਬ ਕਰਦੇ ਆਂ ਵੇ ਜੀ ਜਦੋਂ ਤੱਕ ਨਾ ਅਸੀਂ 2500 ਰੁਪਈਆ 3000 ਰੁਪਈਆ 5000 ਰੁਪਈਆ ਕੰਸਲਟੈਂਸੀ ਦਾ ਨਾਂ ਦਈਏ ਸਾਨੂੰ ਲੱਗਦੇ ਨਹੀਂ ਵੀ ਕਿ ਵੈਦ ਜਾਂ ਡਾਕਟਰ ਚੰਗਾ ਹੋਏਗਾ ਮਸਲਾ ਇਹੀ ਖੜ ਗਿਆ ਨਾ ਸਾਡੇ ਕੋਲ ਵੀ ਇਦਾਂ ਦੇ ਨੌਜਵਾਨ ਆਉਂਦੇ ਨੇ ਜਦੋਂ ਅਸੀਂ ਕਹਿ ਦਿੰਨੇ ਆਂ ਨਾ ਵੀ ਸਾਡੀ ਦਵਾਈ ਜੀ 2000 ਦੀ ਹੈ ਜਾਂ 4000 ਦੀ ਹੈ ਤਾਂ ਉਹ ਕਹਿੰਦਾ ਯ ਨੇ ਕੀ ਕਰਨਾ ਕਿਉਂਕਿ ਉਹਨਾਂ ਦਾ ਦਿਮਾਗ ਸਿਰਫ ਪੈਸੇ ਤੇ ਖੜਾ ਹੈ ਨਾ ਕਿ ਚੰਗੀ ਦਵਾਈ ਦੇ ਉੱਤੇ ਇਹ ਆ ਜਾ ਸਮਾ ਗਿਆ ਤੇ ਮੈਨੂੰ ਲੱਗਦਾ ਕਿ 5-10 ਰੁਪਿਆ ਦਾ ਫਾਰਮੂਲਾ ਜੀ ਤੁਸੀਂ ਦੇਖੋ ਜੀ ਤੁਸੀਂ ਆਮ ਆਪਣੇ ਕਿਸਾਨਾਂ ਨੇ ਘਰ ਇਹ ਪਿੰਡੀਆਂ ਵਿਜੀਆਂ ਹੁੰਦੀਆਂ ਨੇ ਪਿੰਡੀਆਂਆਂ ਦੀਆਂ ਤੁਸੀਂ ਜੜਾਂ ਇਕੱਠੀਆਂ ਕਰ ਲੈਣੀਆਂ ਜੜਾਂ ਦਾ ਤੁਸੀਂ ਪਾਊਡਰ ਬਣਾ ਕੇ ਅੱਧਾ ਚਮਚ ਸਵੇਰੇ ਪਾਣੀ ਨਾਲ ਸੇਵਨ ਖਾਣਾ ਖਾਣ ਤੋਂ ਪਹਿਲਾਂ ਅੱਧਾ ਸ਼ਾਮ ਨੂੰ ਸੇਵਨ ਕਰਨਾ ਹੈ ਔਰ ਤੁਸੀਂ ਲਗਭਗ 20 ਤੋਂ 25 ਦਿਨ ਦੇ ਵਿੱਚ ਦੇਖਿਓ ਤੁਹਾਨੂੰ ਅਸਰ ਵਾਕਈ ਮਹਿਸੂਸ ਹੋਣ ਲੱਗ ਜਾਊਗਾ ਵੀ ਵੀਰ ਜਿਹੜਾ ਗਾੜਾ ਹੋਣ ਲੱਗ ਗਿਆ ਰੂਮੀ ਮਸਤਗੀ ਕਿਹੜੀ ਮਸਤਗੀ ਜੀ ਰੂਮੀ ਮਸਤਗੀ ਜੀ ਦਾ ਨਾਂ ਇਹ ਦੇਖੋ ਕਿੰਨਾ ਵਧੀਆ ਹੈ ਨਾ ਰੂਮੀ ਮਸਤਗੀ ਬੰਦੇ ਨੂੰ ਤੁਸੀਂ ਇਹ ਕਹ ਲਓ ਵੀ ਮਸਤ ਬਣਾ ਕੇ ਰੱਖਦੀ ਆ ਬੰਦੇ ਨੂੰ ਉਹ ਹੈ ਨਾ ਇਹਦਾ ਤੁਸੀਂ ਖਰਲ ਦੇ ਵਿੱਚ ਇਹਦਾ ਹੌਲੀ ਹੌਲੀ ਤੁਸੀਂ ਚੌਰਨ ਬਣਾਉਣਾ ਜਦੋਂ ਇਹਦਾ ਵੀ ਚੌਰਨ ਬਣਾਉਨੇ ਆ ਤੁਸੀਂ ਇਹ ਵੀ ਇੱਕ ਤਰ੍ਹਾਂ ਦੀ ਚੜਦੀ ਜਾਂਦੀ ਹੈ ਲੇਸ ਛੜਦੀ ਹੈ ਇਹਦਾ ਤੁਸੀਂ ਇੱਕ ਚਮਚ ਦਾ ਚੌਥਾ ਈਸਾ ਸਵੇਰੇ ਚੌਥਾ ਸ਼ਾਮ ਨੂੰ ਪਾਣੀ ਦੇ ਨਾਲ ਸੇਵਨ ਕਰਨਾ ਹੈ ਔਰ ਜੜੀਆਂ ਬੂਟੀਆਂ ਲਗਭਗ ਜਿਹੜੇ ਆਬੈਦ ਆ ਇਹ ਬਹੁਤ ਦੁੱਧ ਨਾਲ ਖਵਾਈ ਜਾਂਦੇ ਨੇ ਦੁੱਧ ਦਾ ਤਾਂ ਅੰਦਰ ਜਾ ਕੇ ਪਹਿਲੇ ਹੀ ਪਨੀਰ ਬਣ ਜਾਂਦਾ ਉਹ ਫਟ ਕੇ ਹੋਰ ਜ਼ਿਆਦਾ ਹੈਵੀ ਹੋ ਜਾਂਦਾ ਉਹ ਪਚਣੇ ਨਹੀਂ ਦਿੰਦਾ ਦਵਾਈਆਂ ਨੂੰ ਜਦੋਂ ਤੁਸੀਂ ਪਾਣੀ ਦੇ ਨਾਲ ਉਹਦਾ ਸੇਵਨ ਕਰਾਉਨੇ ਆ ਉਹ ਅਸਲ ਖਰਾਕ ਆ ਜਿਹੜੀ ਉਹ ਚੰਗੀ ਤਰ੍ਹਾਂ ਅਬਜ਼ਰਬ ਹੋ ਕੇ ਲੱਗ ਕੇ ਫੇਰ ਸਾਡੇ ਸਰੀਰ ਨੂੰ ਜਿਹੜੀ ਲੱਗਦੀ ਹੈ ਰੇਹਾ ਦਸਤੀ ਸਭ ਤੋਂ ਵੱਧ ਸਾਡੇ ਸਰੀਰ ਦੇ ਵਿੱਚੋਂ ਜਿਹੜੀ ਲੀਵਰ ਦੇ ਵਿੱਚ ਉਹ ਗਰਮੀ ਕੱਢਦੀ ਆ ਜਿੰਨੀ ਲੀਵਰ ਦੇ ਵਿੱਚ ਉਹ ਗਰਮੀ ਨਿਕਲਦੀ ਗਈ ਉਨਾਂ ਹੀ ਸਾਡੇ ਅੰਦਰ ਠੰਡਕ ਪਾ ਕੇ ਉਨਾਂ ਹੀ ਜਿਹੜਾ ਸਾਡਾ ਵੀਰ ਜਿਹੜਾ ਗਾੜਾ ਹੁੰਦਾ ਜਾਣਾ ਜੀ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਤੁਹਾਡਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇ ਲਗਭਗ 20 ਤੋਂ 25 ਦਿਨ ਦੇ ਵਿੱਚ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਪਰ ਆਪਾਂ ਇਹ ਨਹੀਂ ਕਹਿੰਦੇ ਹੈਗਾ ਵੀ 20 ਤੋਂ 25 ਦਿਨ ਦੇ ਵਿੱਚ ਉਹਨੂੰ ਥਾ ਬਹੁਤ ਅੰਨੀ ਤਾਕਤ ਦੇ ਦੂਗਾ ਨਾ ਐਦਾਂ ਦੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਆਪਣੇ ਉਹਦੇ ਵਿੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬਾਤ ਦੇ ਲਈ ਤੇ ਬੜੀ ਔਰ ਰੋਮੀ ਨੂੰ ਮਸਤ ਆਉਣ ਵਾਸਤੇ ਤੇ ਜਿਹੜਾ ਭਿੰਡੀਆਂ ਦੀਆਂ ਜੜਾਂ ਵਾਲਾ ਤੁਸੀਂ ਨੁਸਖਾ ਦਿੱਤਾ ਹੈ ਔਰ ਇਹ ਜਿਹੜੀ ਥੋੜੀ ਚੀਜ਼ ਦਸੀ ਹੈ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਇੱਕ ਨੌਜਵਾਨ ਦੀ ਜ਼ਿੰਦਗੀ ਵੀ ਇਹਨਾਂ ਨੁਸਕੇ ਨਾਲ ਫਾਰਮੂਲੇ ਨਾਲ ਬਚਾ ਲਈਏ ਤਾਂ ਸਾਡੀ ਵੀਡੀਓ ਬਣਾਉਣ ਦਾ ਪਰਪਸ ਹੈ ਉਹ ਮੈਨੂੰ ਲੱਗਦਾ ਹੈ ਕਿ ਪੂਰਾ ਹੋ ਗਿਆ ਜੀ ਵੀ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਇਹੀ ਕਹਾਂਗੇ ਵੀ ਹਾਂ ਚੰਗੀ ਚੀਜ਼ ਨੂੰ ਦੇਖੋ ਤੇ ਗਲਤ ਚੀਜ਼ ਦੇਖ ਕੇ ਕਦੇ ਮਨ ਨਾ ਭੜਕਾਓ ਆਪਣੀ ਜ਼ਿੰਦਗੀ ਜਿਹੜੀ ਖਰਾਬ ਨਾ ਕਰੋ ਕੁਦਰਤ ਨੇ ਇੱਕ ਅਨਮੋਲ ਤੋਹਫ਼ਾ ਜਿਹੜਾ ਵਰਤਿਆ ਸਾਡੀ ਜ਼ਿੰਦਗੀ ਇਹ ਵਾਰ-ਵਾਰ ਨਹੀਂ ਮਿਲਦੀ ਅੰਜਵਾਏ ਕਰੋ ਇਹਨੂੰ ਵੱਧ ਤੋਂ ਵੱਧ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਨੌਜਵਾਨ ਰਾਤ ਤੋਂ ਭਟਕ ਚੁੱਕੇ ਨੇ ਹਜ਼ਾਰਾਂ ਲੱਖਾਂ ਰੁਪਏ ਖਰਾਬ ਕਰ ਚੁੱਕੇ ਨੇ ਤੇ ਇਹ ਭਿੰਡੀਆਂ ਦੀਆਂ ਜੜਾਂ ਦਾ ਜਿਹੜਾ ਪਾਊਡਰ ਹੈ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਜੁਗਤਾਂ ਉਹ ਲੜਾਉਂਦੇ ਨੇ ਉਹਨਾਂ ਨੂੰ ਕਾਮਯਾਬ ਕਰ ਸਕਦੀ ਹੈ ਇਹ ਰومی ਮਸਤਗੀ ਹੈ ਰومی ਮਸਤਗੀ ਤੇ ਦੇਖੋ ਤੁਸੀਂ ਨਾਮ ਹੀ ਇੰਨਾ ਵੱਡੀ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਨੁਸਖੇ ਨੇ ਇਹ ਫਾਰਮੂਲੇ ਨੇ ਇਹ ਸਾਰੇ ਬੜੇ ਸਸਤੇ ਨੇ ਔਰ ਬਹੁਤ ਟਿਕਾਣੇ ਤੇ ਜਾ ਕੇ ਆਪਣਾ ਕੰਮ ਹੈ ਜਿਹੜਾ ਉਹ ਅੰਜਾਮ ਦੇ ਸਕਦੇ ਨੇ ਫਿਰ ਵੀ ਇਹ ਵੀਡੀਓ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਸਾਡੀ ਇਹੋ ਅਪੀਲ ਹੈ ਕਿ ਜੋ ਵੀ ਨੁਸਖਾ ਜੋ ਵੀ ਫਾਰਮੂਲਾ ਅਸੀਂ ਤੁਹਾਨੂੰ ਦੱਸਦੇ ਹਾਂ ਤਾਂ ਉਹ ਕਿਸੇ ਐਕਸਪਰਟ ਦੇ ਗਾਈਡੈਂਸ ਦੇ ਵਿੱਚ ਅੰਡਰਕੇਅਰ ਦੇ ਵਿੱਚ ਜ਼ਰੂਰ ਇਸਤੇਮਾਲ ਕੀਤਾ ਜਾਵੇ ਬਿਨਾ ਕਿਸੇ ਦੀ ਗਾਈਡੈਂਸ ਤੋਂ ਬਿਨਾ ਕਿਸੇ ਦੀ ਅੰਡਰਕੇਅਰ ਤੋਂ ਇਹਦਾ ਹਰ ਕਿਸੇ ਵੀ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜੇਕਰ ਅਸੀਂ ਬਗੈਰ ਐਕਸਪਰਟ ਦੀ ਸਲਾਹ ਤੋਂ ਕਰਦੇ ਹਾਂ ਤਾਂ ਉਹ ਕਈ ਵਾਰ ਫਾਇਦਾ ਦੇਣ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ